ਜ਼ਿਆਦਾ ਦਿਨ ਇੱਕ ਅਜਿਹਾ ਦਿਨ ਹੁੰਦਾ ਜਿਸ 'ਚ ਲੋਕ ਚਾਵਾਂ ਨਾਲ ਆਪਣਾ ਦਿਨ ਬਤੀਤ ਕਰਦੇ ਨੇ। ਪਰ ਜਲਾਲਾਬਾਦ ਦੀਆਂ ਹੁਣ ਇੱਕ ਵਿਆਹ ਸਮਾਗਮ ਦੀਆਂ ਅਜਿਹੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਵਿਆਹ 'ਚ ਆਨੰਦ ਕਾਰਜ ਹੋਣ ਤੋਂ ਪਹਿਲਾਂ ਹੀ ਤਾਂ ਰੋੜੇ 'ਤੇ ਕੁਰਸੀਆਂ ਚੱਲ ਪਈਆਂ। ਦਰਅਸਲ ਵਿਆਹ ਪ੍ਰੋਗਰਾਮ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਉਦੋਂ ਬਣਿਆ ਜਦੋਂ ਜਲਾਲਾਬਾਦ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਸਰਸੇ ਤੋਂ ਬਰਾਤ ਆਈ ਜੋ ਕਿ ਸਾਰੇ ਦੇ ਸਾਰੇ ਡੇਰਾ ਸਿਰਸਾ ਦੇ ਪ੍ਰੇਮੀ ਸਨ। ਬਰਾਤ ਦਾ ਸਵਾਗਤ ਕੀਤਾ ਗਿਆ ਤਾਂ ਸਮਾਂ ਆਇਆ ਬਰਾਤੀਆਂ ਦੇ ਨੱਚਣ ਟੱਪਣ ਦਾ। ਇਲਜ਼ਾਮ ਹੈ ਕਿ ਕੁੜੀ ਵਾਲਿਆਂ ਦੇ ਵੱਲੋਂ ਕੁਝ ਸ਼ਰਾਰਤੀ ਲੋਕਾਂ ਨੇ ਸ਼ਰਾਬ ਪੀ ਕੇ ਬਰਾਤੀਆਂ ਨੂੰ ਖੂਬ ਕੁਰਸੀਆਂ ਨਾਲ ਕੁੱਟਿਆ। ਲੜਕੀ ਵਾਲਿਆਂ ਨੇ ਬਰਾਤੀਆਂ ਦੇ ਵਿੱਚੋਂ ਇੱਕ ਦਾ ਸਿਰ ਵੀ ਪਾੜ ਦਿੱਤਾ ਕਿ ਸਾਰੇ ਪ੍ਰੋਗਰਾਮ ਵਿੱਚ ਹਫੜਾ ਦਫੜੀ ਮੱਚ ਗਈ ਤੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਆ ਕੇ ਮੌਕਾ ਸੰਭਾਲਿਆ ਤੇ ਹਫੜਾ ਤਫੜੀ ਕਰਨ ਵਾਲੇ ਲੜਕੀ ਪੱਖ ਦੇ ਸ਼ਰਾਬੀਆਂ ਨੂੰ ਫੜ ਕੇ ਥਾਣੇ ਲੈ ਗਈ। ਸਾਡੇ ਬੰਦੇ ਬਿਲਕੁਲ ਵਿਸ਼ਨੂੰ ਨੇ, ਇਹਨਾਂ ਦਾ ਬੰਦਾ ਪੀ ਕੇ ਖਰਾਬ ਕਰਨ ਦੀ ਵਜ੍ਹਾ ਤੇ ਗਲ ਪਿਆ, ਉਹਨੇ ਸਿਰ ਵੀ ਪੜਿਆ ਸਾਡੇ ਬਰਾਤੀਆਂ ਦਾ ਮੁੰਡੇ ਦਾ, ਤੇ ਇਸ ਤੋਂ ਬਾਅਦ ਉਹਨੇ ਗੱਡੀ ਦੇ ਆ ਕੇ ਸ਼ੀਸ਼ੇ ਭੰਨਦੇ ਨੇ। ਠੀਕ ਹੈ, ਗੱਡੀ ਦਾ ਕੀ ਕਿਸੂਰ ਹੈ? ਜੇ ਕੁੜੀ ਦਾ ਪਰਾ ਘਟਿੱਚਾ ਤੇ ਕੁੜੀ ਦਾ ਪਰਾ ਗੱਡੀ ਦਾ ਸ਼ੀਸ਼ਾ ਤੋੜ ਸਕਦਾ? ਇਹ ਕਦੀ ਨਹੀਂ ਹੋ ਸਕਦਾ। ਬਲੇਮ ਲਾਈ ਜਾਂਦੇ ਨੇ ਵੀ ਕੁੜੀ ਦੇ ਭਰਾ ਨੇ ਜੁੰਡੇ ਪਿੱਛੇ ਨੇ, ਕੁੜੀ ਦੇ ਭਰਾ ਤੇ ਕੋਈ ਜੁੰਡੇ ਨਹੀਂ ਖੜਿੱਚੇ। ਠੀਕ ਹੈ, ਇਹ ਸ਼ਰਾਬ ਸਰ ਝੂਠ ਬੋਲੀ ਜਾਂਦੇ ਨੇ। ਅਸੀਂ ਸਰਸੇ ਰਾਣੀਆਂ ਤੋਂ ਆਏ ਤੇ ਇਹਨਾਂ ਦੇ ਸ਼ਰਾਬ ਪੀਤੀ ਸੀ ਕੁੜੀ ਵਾਲਿਆਂ ਦੇ? ਕੁੜੀ ਵਾਲਿਆਂ ਦੇ ਮੁੰਡਿਆਂ ਨੇ ਸ਼ਰਾਬ ਪੀਤੀ ਸੀ। ਸਾਡਾ ਬੰਦਾ ਸਾਰਾ ਵੈਸ਼ਨੂੰ, ਜਿਹਨੂੰ ਮਰਜ਼ੀ ਚੈੱਕ ਕਰਵਾ ਲਓ ਤੁਸੀਂ ਜੀ। ਪ੍ਰੇਮੀ ਹੋ ਤੁਸੀਂ? ਬਿਲਕੁਲ ਪ੍ਰੇਮੀ ਹੈ ਜੀ ਅਸੀਂ। ਪ੍ਰੇਮੀ ਹੋ ਤੁਸੀਂ? ਹਾਂਜੀ, 100% ਪ੍ਰੇਮੀ ਹੈ ਜੀ। ਅੱਛਾ, ਇਹਨਾਂ ਦੇ ਦਾਰੂ ਪੀਤੀ ਸੀ? ਬਿਲਕੁਲ ਜੀ। ਠੀਕ, ਉਹ ਜਿਹੜਾ ਬੰਦਾ ਫੜਿਆ ਹੈ ਉਹ ਬਿਲਕੁਲ ਬਚ ਲਿਆ ਸੀ। ਅਸੀਂ ਸਾਰੇ ਜਿਹੜੇ ਪੰਜ ਕੁ ਬੰਦੇ ਨੂੰ ਫੜਿਆ, ਰੇਡੀ ਕੋਲ ਖੜ ਗਿਆ ਲੁਕਣ ਦੀ ਬਜਾਏ, ਉਹ ਫੜ ਕੇ ਪੇਸ਼ ਕਰਦੇ। ਉਹ ਬੰਦਾ ਪੇਸ਼ ਕਰਦੇ ਗਾ ਚਿੱਟੀ ਟੀ ਸ਼ਰਟ ਦਾ ਮੁੰਡਾ, ਪਤਲਾ ਜਿਹਾ ਮੁੰਡਾ ਜਿਹੜਾ ਜ਼ਿਆਦਾ ਚੌਚਕ ਹੁੰਦਾ ਸੀ, ਐਂਗਲ ਲੜੇ ਨੂੰ ਮਰ ਲੱਗਿਆ। ਅਸੀਂ ਤਾਂ ਪੋਜ ਬਾਹਰ ਬਣਵਾਈ ਜਾਂਦੇ ਸੀ। ਠੀਕ ਠੀਕ ਹੈ, ਸਾਡੇ ਬਰਾਤੀ ਨੱਚਣ ਲੱਗੇ ਸੀਗੇ, ਇਹਨਾਂ ਦੇ ਕੁੜੀ ਵਾਲਿਆਂ ਦੇ ਨਾਲ ਕੁਛ ਗੁੰਡੇ ਬੰਦੇ ਆ ਕੇ ਸਾਡੇ ਮੁੰਡੇ ਦੇ ਗਲ ਪਾ ਕੇ ਕੁਰਸੀਆਂ ਮਾਰੀਆਂ, ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਡੀ ਤੋੜਤੀ। ਉਸ ਤੋਂ ਬਾਅਦ ਮੈਂ ਵਾਲਾ ਜੀ ਨੂੰ ਫੋਨ ਕਰਕੇ ਪੁੱਛੂੰ ਬਾਈ ਆ ਦੀ ਸਖਸ਼ਤ ਵਾਸਤੇ, ਕਿਉਂਕਿ ਸਾਡੀ ਲੇਡੀ ਦੇ ਗਲ ਪੈਂਦੇ। ਕੀ ਗੱਲ, ਕਾਹ ਤੋਂ ਹੋਏ ਮਸਲਾ? ਅਸੀਂ ਪ੍ਰੇਮੀ ਪਰਿਵਾਰ ਹੈ ਸਾਰੇ, ਸਾਡਾ ਬੰਦਾ ਹਮੇਸ਼ਾ ਟੱਚ ਨਹੀਂ ਕਰਦਾ ਸੀਗੇ ਕੁੜੀਆਂ, ਇਹਨਾਂ ਨੂੰ ਰੋਕਣ ਦੀ ਬਜਾਏ ਕੁੜੀਆਂ ਨੂੰ ਪੰਗੇ ਲੈਂਦੇ ਸੀਗੇ। ਜਿੱਥੋਂ ਇਹ ਗੱਲ ਸਾਡੇ ਗੱਲ ਪੈਣੇ, ਗੱਡੀ ਸਾਰੀ ਪੰਜ ਜਿਹਨਾਂ ਨੇ। ਤੁਸੀਂ ਪ੍ਰੇਮੀ ਪਰਿਵਾਰ ਹੋ? ਫਿਲਹਾਲ ਪੁਲਿਸ ਨੇ ਦੋਨਾਂ ਧਿਰਾਂ ਨੂੰ ਬਿਠਾ ਕੇ ਰਾਜ਼ੀਨਾਮਾ ਕਰਵਾਇਆ ਅਤੇ ਲੜਕੀ ਦੇ ਆਨੰਦ ਕਾਰਜ ਕਰਾਉਣ ਦੇ ਲਈ ਦੋਨਾਂ ਪਰਿਵਾਰਾਂ ਨੂੰ ਮਨਾਇਆ। ਜਲਾਲਾਬਾਦ ਤੋਂ ਬਿਊਰੋ ਰਿਪੋਰਟ, ਪੰਜਾਬੀ ਟੀਵੀ।